ਰੇਖਤਬਾਦੀ ਕੌਰ ਫੇਰ ਤੁਹਾਡਾ ਸਵਾਗਤ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਹਰ ਪਿੰਡ ਨੂੰ ਸਾਫ ਸੁਥਰਾ ਪਾਣੀ ਦੇਣ ਦਾ ਦਾਅਵਾ ਕਰਦੀ ਹੈ, ਦੂਜੇ ਪਾਸੇ ਹਲਕਾ ਲੰਬੀ ਦੇ ਪਿੰਡ ਸ਼ੇਰਾਂਵਾਲੀ ਵਿੱਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਈ ਪਾਣੀ ਦੀ ਟੈਂਕੀ ਬਣਨ ਦੇ ਬਾਵਜੂਦ ਠੇਕੇਦਾਰ ਦੀ ਲਾਪਰਵਾਹੀ ਦੇ ਕਾਰਨ ਇਸ ਟੈਂਕੀ ਦਾ ਸਹੀ ਨਿਰਮਾਣ ਨਹੀਂ ਹੋਣ ਕਰਕੇ ਪਿੰਡ ਵਾਸੀਆਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਅਤੇ ਸਾਫ ਸੁਥਰੇ ਪਾਣੀ ਦੀ ਥਾਂ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਨੇ। ਇਸ ਗੰਦੇ ਪਾਣੀ ਨੂੰ ਪੀ ਕੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਇਸ ਸੰਬੰਧ ਵਿੱਚ ਕਈ ਵਾਰ ਪਿੰਡ ਵਾਸੀਆਂ ਨੇ ਵਿਭਾਗ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ। ਪਿੰਡ ਸ਼ੇਰਾਂਵਾਲ ਤੋਂ ਮੌਜੂਦਾ ਸਰਪੰਚ ਹੈ ਜੀ। 2013 ਦੇ ਵਿੱਚ ਵਰਲਡ ਬੈਂਕ ਵੱਲੋਂ ਇਹ ਸਕੀਮ ਆਈ ਸੀ 1,86,00,000 ਰੁਪਏ ਦੀ, ਜਿਹਦੇ 'ਚ 10ਵਾਂ ਹਿੱਸਾ ਸੀ ਪਿੰਡ 'ਚੋਂ ਇਕੱਠੇ ਕਰਕੇ ਪੈਸੇ 1,46,000 ਰੁਪਇਆ ਬੈਂਕ 'ਚ ਭਰਿਆ ਸੀਗਾ ਜੀ। ਉਸ ਤੋਂ ਬਾਅਦ ਠੇਕੇਦਾਰ ਸੰਜੀਵ ਚੌਧਰੀ ਕੋਲ ਇਹ ਠੇਕਾ ਸੀਗਾ ਜੀ। ਸਾਡੇ ਨਾਲ ਇਹ ਗੱਲ ਹੋਈ ਸੀ 5 ਸਾਲ ਠੇਕੇ ਦੀ ਵਾਟਰ ਵਰਕਸ ਦੀ ਸਾਂਭ ਸੰਭਾਲ ਮੈਂ ਕਰੂੰਗਾ ਜੀ। ਉਹ ਇੱਕ ਵਾਰੀ ਬਣਾ ਗਿਆ ਜੀ, ਇੱਕ ਤਾਂ ਡਿੱਗੀ ਬਣਾ ਕੇ ਗਿਆ, ਇੱਕ ਆਲ ਆ ਗਿਆ ਆਰ ਓ ਪਲਾਂਟ ਜੀ। ਉਹ ਤੋਂ ਬਾਅਦ ਸਾਡੇ ਪਿੰਡ 'ਚ ਉਹਨੇ ਗੇੜਾ ਨਹੀਂ ਮਾਰਿਆ ਜੀ, ਨਾ ਜੀ ਪੂਰੀ ਚਾਰ ਦੀਵਾਰੀ ਹੋਈ ਹੈ ਜੀ। ਨਹੀਂ ਨਹੀਂ, ਇਹ ਤਾਂ 2012 ਦੀ ਹੈ, ਹੁਣ ਉਹਨਾਂ ਦੀ ਕਿਤੇ ਪਾਈਪ ਬੰਦ ਸੀਗੀ। ਮੈਂ ਤਾਂ ਇਹਨੂੰ GPWSC ਕੋਲ ਕੇਸਾ ਸਾਰਾ, ਇਹ ਜੇ ਉਹੀ ਸੌਂਦੀ ਹੈ, ਉਹਨਾਂ ਦੀ ਮੁਕਸਰੋਂ ਲਿਆ ਕੇ ਉਹਨਾਂ ਦੀ ਜਿਹੜੀ ਸੀਗੀ ਇਨਲੈਟ ਚੈਨਲ ਸਾਫ਼ ਕਰਵਾਤੀ ਹੈ ਸਾਰੀ। ਹੋਰ ਤਾਂ ਉਹਨਾਂ ਜੇ ਕੋਈ 12 ਤੋਂ ਬਾਅਦ ਜੇ ਕੋਈ ਕੰਮ ਹੋਇਆ ਤਾਂ ਉਹੀ ਜਾਣਦੇ ਆ। ਇੱਥੇ ਵਾਟਰਵਰਕਸ ਦੀ ਗ੍ਰਾਂਟ 1,87,00,000 ਦੀ ਆਈ ਸੀ ਸੰਜੀਵ ਚੌਧਰੀ ਠੇਕੇਦਾਰ ਇੱਥੋਂ ਦੇ, ਉਹਨਾਂ ਨੇ ਗ੍ਰਾਂਟ ਤਾਂ ਪੂਰੀ ਲਾਈ ਨਹੀਂ ਜੀ, ਕੰਮ ਅਧੂਰਾ ਛੱਡ ਕੇ ਚਲੇ ਗਏ। ਉਹਦੇ ਵਿੱਚ ਦੇਖੋ ਆਹ ਸਾਰਾ ਪਿਆ ਜੀ, ਕੰਧਾਂ ਕੁੰਧਾਂ ਕਰਨ ਵਾਲੀਆਂ ਪਈਆਂ, ਹੌਦੀਆਂ ਬੰਦ ਪਈਆਂ, ਪਾਈਪਾਂ ਬੰਦ ਪਈਆਂ ਨੇ, ਸਾਰਾ ਕੰਮ ਅਧੂਰਾ ਛੱਡ ਕੇ ਵਿੱਚੇ ਚਲੇ ਗਏ ਜੀ। ਵਿੱਚ ਟੋਏ ਵੱਜੇ ਪਿਆ ਜੀ ਵਾਟਰਵਰਕਸ ਦੇ, ਅਤੇ ਪਾਣੀ ਆ ਨਹੀਂ ਰਿਹਾ। 10 ਦਿਨ ਹੋ ਗਏ ਜੀ ਸਾਡੇ ਬੂੰਦ ਪਾਣੀ ਨਹੀਂ, ਪਿੰਡ ਵਾਲੇ ਵਿਚਾਰੇ ਜਿਹੜੇ ਉਹ ਬੜਾ ਮਾੜਾ ਪਾਣੀ ਪੀ ਰਹੇ ਨੇ, ਅਤੇ ਮਾੜਾ ਪਾਣੀ ਵੀ ਨਹੀਂ ਮਿਲਦਾ ਜੀ ਥੱਲੇ, ਇੰਨਾ ਬਹੁਤ ਬੁਰਾ ਹਾਲ ਆ ਪਿੰਡ ਦਾ ਹੋਇਆ ਪਿਆ। ਤਾਂ ਸਾਡੀ ਬੇਨਤੀ ਹੈ ਜੀ ਵੀ ਇਹ ਵਾਟਰਵਰਕਸ ਦੇ ਵੱਲ ਧਿਆਨ ਦਿੱਤਾ ਜਾਵੇ, ਜਿਹੜੀ ਗ੍ਰਾਂਟ ਇਹਦੀ ਇਨਕੁਆਇਰੀ ਕੀਤੀ ਜਾਵੇ। ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਲੀਡਰਾਂ ਅਤੇ ਵਰਕਰਾਂ ਦੇ ਵੱਲੋਂ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਧਿਅਕਸ਼ਤਾ ਵਿੱਚ ਮੀਟਿੰਗ ਕੀਤੀ ਗਈ, ਪਰ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਚੀਮਾ ਨੇ ਕਿਹਾ ਕਿ 6 ਤਾਰੀਖ ਨੂੰ ਹੋਣ ਵਾਲੇ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਵਿੱਚ ਲੁਧਿਆਣਾ ਸ਼ਹਿਰ ਦੇ ਅਲੱਗ ਅਲੱਗ ਪਿੰਡਾਂ ਵਿੱਚ ਅਕਾਲੀ ਦਲ ਵਰਕਰਾਂ ਦੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਉਹਨਾਂ ਨੂੰ ਨਿਯੁਕਤ ਕੀਤਾ ਜਾ ਰਿਹਾ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜੋ ਕਾਂਗਰਸ ਦੁਆਰਾ ਆਪਣੀਆਂ ਨੀਤੀਆਂ ਨੂੰ ਲੋਕਾਂ ਵਿੱਚ ਦਿਖਾਇਆ ਗਿਆ ਸੀ, ਉਸ ਤੇ ਕਾਂਗਰਸ ਅਜੇ ਤੱਕ ਪੂਰਾ ਨਹੀਂ ਉਤਰ ਸਕੀ। ਇਸ ਦੌਰਾਨ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਤੇ ਕੁਝ ਵੀ ਨਾ ਬੋਲਦੇ ਹੋਏ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਉਣ ਲਈ ਵੀ ਕਿਹਾ। ਅੱਜ ਅਸੀਂ ਇਸੇ ਸਬੰਧ ਦੇ ਵਿੱਚ ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਈਂਡ ਨੇ ਜਿਹੜੀ ਅੱਜ ਇਹ VRTC ਹੈਪੋਵਾਲਾ ਦੇ ਵਿੱਚ ਇਹ ਸੰਸਥਾ ਜਿੱਥੇ ਅੱਜ ਅਸੀਂ ਇਹ ਮੀਟਿੰਗ ਕਰੀ ਹੈ, ਔਰ ਅੱਜ ਪੰਜਾਬ ਦੇ ਸਾਡੇ ਵੱਖ ਵੱਖ ਜ਼ਿਲ੍ਹਿਆਂ ਤੋਂ ਜਿੰਨੇ ਵੀ ਸਾਡੇ ਅਹੁਦੇਦਾਰ ਨੇ, ਸਾਡੇ ਮੈਂਬਰ ਸਾਹਿਬਾਨ ਨੇ, ਉਹ ਅੱਜ ਇੱਥੇ ਪਹੁੰਚੇ ਨੇ, ਔਰ ਇਹਦੀ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਹੈ, ਕਿਉਂਕਿ ਹਰ ਇੱਕ ਬੱਚੇ ਦੇ ਲਈ, ਖਾਸ ਤੌਰ 'ਤੇ ਜਿਹੜਾ ਅਸੀਂ ਬਲਾਈਂਡ ਬੱਚੇ ਨੇ ਇਹਦੇ, ਸਾਡੇ ਹਰ ਇੱਕ ਬੱਚੇ ਦੇ ਲਈ ਜਿਹੜਾ ਰਹਿਣਾ ਸਹਿਣਾ, ਖਾਣਾ ਪੀਣਾ ਔਰ ਐਜੂਕੇਸ਼ਨ ਜਿਹੜੀ ਹੈ ਉਹ ਬੇਹੱਦ ਜ਼ਰੂਰੀ ਹੈ, ਔਰ ਅੱਛਾ ਖਾਣਾ ਪੀਣਾ ਉਹਦੇ ਲਈ ਜ਼ਰੂਰੀ ਹੈ। ਔਰ ਇਹ ਜਿਹੜੀ ਸੰਸਥਾ, ਇਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੀਡੀਓ ਵਾਇਰਲ ਹੋਈ ਹੈ, ਸਟੋਰ ਦੇ ਵਿੱਚ ਬਹੁਤ ਸਾਰਾ ਜਿਹੜਾ ਖਾਣਾ ਜਿਹੜਾ ਉਹ ਖਾਣਯੋਗ ਨਹੀਂ ਸੀ ਰਾਸ਼ਨ, ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ, ਬੜਾ ਦੁੱਖ ਹੋਇਆ ਮਨ ਨੂੰ। ਇਹ ਖਾਣਾ ਕਿੱਥੋਂ ਆਉਂਦਾ ਸੀ, ਕਿੱਥੋਂ ਬਣਦਾ ਸੀ? ਇਹ ਖਾਣਾ ਜਿਹੜਾ ਇੱਥੇ ਤਿਆਰ ਸੰਸਥਾ ਦੇ ਵਿੱਚ ਕੀਤਾ ਜਾਂਦਾ, ਅਤੇ ਪਰ ਇਹ ਜਿਹੜਾ ਰਾਸ਼ਨ ਆ ਜਿਹੜਾ ਉੱਥੇ ਜਮ੍ਹਾਂ ਕੀਤਾ ਹੋਇਆ ਸੀ ਇਹਨਾਂ ਦੇ ਸਟੋਰ ਦੇ ਵਿੱਚ, ਔਰ ਉਹ ਸਟੋਰ ਦੀ ਜਦੋਂ NGOs ਨੇ ਆ ਕੇ ਕੁਛ ਚੈਕਿੰਗ ਕੀਤੀ ਹੈ, ਅਤੇ ਉਹਦੇ ਵਿੱਚ ਇਹ ਜਿਹੜੀਆਂ ਬਹੁਤ ਸਾਰੀਆਂ ਉੱਥੇ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੰਗੀਆਂ ਪਈਆਂ ਸੀ, ਔਰ ਜਿਨ੍ਹਾਂ ਨੂੰ ਕਿ ਜਿਨ੍ਹਾਂ ਦੇ ਵਿੱਚ ਕੀੜੇ ਵੀ ਚੱਲ ਰਹੇ ਸੀਗੇ, ਔਰ ਛਿਪਕਲੀਆਂ ਜਾਂ ਉੱਪਰ ਅਸੀਂ ਦੇਖਦੇ ਹਾਂ ਵੀਡੀਓ ਦੇ ਵਿੱਚ ਵਾਇਰਲ ਹੋਈ ਹੈ ਜਿਹੜੀ, ਉਹਦੇ ਵਿੱਚ ਉੱਥੇ ਜਾਲੇ ਵੀ ਲੱਗੇ ਹੋਏ ਸੀਗੇ। ਮੈਂ ਤਾਂ ਧੰਨਵਾਦ ਕਰਦਾ ਉਸ ਨੌਜਵਾਨ ਦਾ ਜਿਹੜਾ ਅਨਮੋਲ ਕੁਆਟਰ ਆ, ਜਿਹੜਾ ਨੌਜਵਾਨ ਆ ਜਿਹਨੇ ਕਿ ਬਹੁਤ ਭਲੇ ਦੇ ਕੰਮ ਹੋਰ ਵੀ ਵਿਚਾਰਾ ਉਹ ਕਰਦਾ। IISF ਕਾਲਜ ਆਫ ਫਾਰਮੈਸੀ ਵਿਖੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵੱਲੋਂ ਕਰਵਾਇਆ ਗਿਆ। ਸੈਮੀਨਾਰ ਦਾ ਉਦਘਾਟਨ MRSPTU ਦੇ ਵਾਈਸ ਚਾਂਸਲਰ ਪ੍ਰੋਫੈਸਰ MPS ਈਸਰ ਸਿੰਘ ਤੇ ਹੋਰ ਮੁੱਖ ਮਹਿਮਾਨ ਨੇ ਸਾਂਝੇ ਤੌਰ ਤੇ ਯੋਤੀ ਜਗਾ ਕੇ ਕੀਤਾ। ਸੈਮੀਨਾਰ ਨੂੰ ਸੰਬੋਧਨ ਕਰਦੇ ਸੰਸਥਾ ਦੇ ਡਾਇਰੈਕਟਰ ਡਾਕਟਰ GD ਗੁਪਤਾ ਨੇ ਦੱਸਿਆ ਕਿ ਇਹ ਸੈਮੀਨਾਰ ਕੋਲਾਬਰੇਟਿਵ ਇਫੋਰਟ ਆਫ ਫਾਰਮਾਸਿਊਟੀਕਲ ਸਾਇੰਸ ਫਾਰ ਸੁਸਾਇਟੀ ਤੇ ਕੀਤਾ ਗਿਆ। ਇਸ ਸੈਮੀਨਾਰ ਵਿੱਚ ਨਾਈਪੁਰ ਦੇ ਵਿਗਿਆਨਿਕ ਅਤੇ 800 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਨਾਈਪੁਰ ਦੇ ISF CP ਦੇ ਵਿੱਚ MOU ਕੀਤਾ ਗਿਆ, ਜਿਸ ਤਹਿਤ ISF ਕਾਲਜ ਦੇ ਰਿਸਰਚ ਅਤੇ ਨਾਈਪੁਰ ਦੇ ਸਾਇੰਟਿਸਟਾਂ ਨਾਲ ਚਰਚਾ ਕੀਤੀ। ਮੇਰਾ ਨਾਮ ਡਾਕਟਰ ਦੀਪਿਕਾ ਬੰਸਲ ਹੈ, ਮੈਂ ਨਾਈਪੁਰ ਮੋਹਾਲੀ ਮੇ ਫੈਕਲਟੀ ਹੂੰ। ਆਜ ਕਾ ਦਿਨ ਜੈਸੇ ਕਿ ਅਭੀ ਆਪਕੋ
हमारे डॉक्टर्स ने बताया कि बहुत ही ज़्यादा उपलब्धि भरा दिन है। हमने ये सोचा कि जो आजकल बीमारियाँ बहुत ज़्यादा बढ़ रही हैं, जिसमें हम लाइफस्टाइल डिसऑर्डर्स जिन्हें कहते हैं, इसमें डायबिटीज़ है, हार्ट डिजीज़ है, एडिक्शन की बीमारियाँ हैं। मेरा नाम डॉक्टर जी डी गुप्ता, मैं ISF कॉलेज ऑफ फार्मेसी में एज ए डायरेक्टर कम प्रिंसिपल के पद पर कार्य कर रहा हूँ। आज की दो एक्टिविटी बहुत महत्वपूर्ण थी। एक पहला था हमारा MOU जो कि नाइपर के साथ हुआ है। जैसा कि आप सभी लोग जानते हैं, नाइपर नेशनल इंस्टीट्यूट ऑफ फार्मास्यूटिकल एजुकेशन एंड रिसर्च देश का पहला ऐसा इंस्टीट्यूट है जो राष्ट्रीय स्तर पर जाना जाता है। दूसरा, ISF कॉलेज ऑफ फार्मेसी प्राइवेट संस्थाओं में निरंतर रूप से कार्य कर रहा है। आज साढ़े कॉलेज ने बहुत बड़ा माइलस्टोन अचीव किया, नाइपर मोहाली SS नगर, जो कि इंडिया के सब तो वड्डा फार्मेसी का इंस्टीट्यूट है। इनू नैशनल इंस्टीट्यूट ऑफ नैशनल इंपोर्टेंस भी कहते हैं। तो नाइपर नाल MOU साइन करके साढ़े कॉलेज के बच्चों बहुत फायदा होगा, जिदे नाल असी रिसर्च नैशनल पद्धर से कर सकते हैं। सानू ISF दे कॉलेज होने दे विद्यार्थी होने दे नाते ये थानू दसते हुए तो खुद भी बहुत खुशी हो रही है कि अज साडे कॉलेज ने नाइपर मोहाली नाल मेमोरेंडम साइन किया, MOU साइन किया। तो ये सानू ही नहीं सारे समाज में बहुत फायदा होगा, जिमें कि प्रॉब्लम्स आदि फंडिंग दी या रिसर्च की या इंस्ट्रूमेंट्स की प्रॉब्लम आती वो दूर होगी। MOU दो इंस्टीट्यूट के विच हैगा, नाइपर जिहड़ा हैगा ये नैशनल लेवल का इंस्टीट्यूट है, इस रीजन का विच ISF कॉलेज मोगा जिहड़ा हैगा ये फार्मेसी का अपने आप च वड्डा इंस्टीट्यूशन है। ये दोनों इंस्टीट्यूट ने इकट्ठे मिल के काम करने का सोचा ताकि वो काम सोसाइटी वास्ते, ओवरऑल पंजाब वास्ते, पंजाब के लोगों वास्ते फायदेमंद हो सके। पटियाला के BSNL के दफ्तर विच काम कर रहे कच्चे मुलाजमान ने कहा कि साड़ी बनती तनखाह नहीं दी जा रही, जिसके चलते कच्चे मुलाजमान ने मीडिया के सामने अपनी गुहार लगाई और कहा कि उन्होंने बनती तनखाह दिलवाई जाए क्योंकि उन्होंने घर का गुजारा बहुत मुश्किल चल रहा है। तो उधर जो BSNL के अधिकारियों गलबात करनी चाहिए तो उन्होंने कहा कि मैं कैमरे के सामने कुछ नहीं कहूंगा। जी, कितने साल हो गया तुसी ते काम कर रहे हो? मैनू इत्थे मैं पिछले 7 साल तो काम कर रहा BSNL। तुहानू सैलरी मिल रही है? सैलरी पहला मिलती हुंदी सी, पर लेकिन हुण जो नवा साल चढ़िया सानू कदे भी टाइम सिर सैलरी नहीं मिली। ਹੁਣ ਇਸ ਵਾਰੀ ਤਾਂ ਇੰਨਾ ਬੁਰਾ ਹਾਲ ਹੋ ਗਿਆ ਕਿ 3 ਮਹੀਨੇ ਹੋ ਗਏ ਸਾਨੂੰ ਸੈਲਰੀ ਮਿਲੀ। 3 ਮਹੀਨਿਆਂ ਤੋਂ ਮੈਂ ਇਲੈਕਟ੍ਰੀਸ਼ਨ ਹਾਂ ਉਹਦੇ, ਮੈਨੂੰ 10 ਸਾਲ ਹੋ ਗਏ ਕੰਮ ਕਰਦੇ ਨੂੰ, ਪਰ ਇਹਨਾਂ ਨੇ ਹਾਲੇ ਤੱਕ ਸੈਲਰੀ ਦਿੱਤੀ। ਜੇ ਅਸੀਂ ਸੈਲਰੀ ਮੰਗਣ ਜਾਂਦੇ ਉਹ ਕਹਿ ਦਿੰਦੇ ਵੀ ਅਸੀਂ ਸੈਲਰੀ ਨਹੀਂ ਦੇ ਸਕਦੇ, ਫੰਡ ਨਹੀਂ ਆਏ। ਜੇ ਅਸੀਂ ਠੇਕੇਦਾਰ ਤੋਂ ਮੰਗਦੇ ਠੇਕੇਦਾਰ ਜਵਾਬ ਦੇ ਦਿੰਦੇ। ਕੁਮਾਰ ਜੀ, ਦੀਪਕ ਜੀ, ਕੀ ਪ੍ਰੋਬਲਮ ਆ ਰਹੀ ਹੈ ਆਪਕੋ ਯਹਾਂ ਪਰ BSNL ਮੈਂ? ਪ੍ਰੋਬਲਮ ਤਾਂ ਸਰ ਜ਼ਿਆਦਾਤਰ ਤੋਂ ਆਪਣਾ ਪੇਮੈਂਟ ਦੀ ਆ ਰਹੀ ਹੈ, ਤਨਖਾਹ 3 ਮਹੀਨੇ ਤੋਂ ਜ਼ਿਆਦਾ ਹੋ ਗਏ, 4 ਮਹੀਨਾ ਲੱਗ ਜਾਏਗਾ ਵੀ ਹਾਲੇ ਤੱਕ ਸੈਲਰੀ ਨਹੀਂ ਮਿਲੀ ਹੈ। वो बोलते थे हम आगे उससे बात करते हैं, ठेकेदार से बोलते हैं, उसको सफाई करते हैं, कुछ करते हैं। यानी उन्होंने कोई आपको बोला नहीं कि आप यहाँ से छोड़ जाओ कुछ BSNL वालों ने? नहीं। अगर आपकी सरकार मांगना पूरा करे आपका क्या स्टेप होगा? GM साहब आपकी अगर मांगना पूरा करें आपकी स्टेप क्या होगा? हमारा साहब हो जाए क्लियर, हम काम ही नहीं करना चाहते ऐसे ठेकेदार। Ajeevan Music Records ਵੱਲੋਂ ਮਾਤਾ ਦੀ ਭੇਟ ਦਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦਾ ਟਾਈਟਲ ਮਾਂ ਦਾ ਮੇਲ ਹੈ। ਮਾਣਕ ਅਲੀ ਵੱਲੋਂ ਇਸ ਨੂੰ ਸੁਰ ਦਿੱਤਾ ਗਿਆ ਤੇ ਮਿਊਜ਼ਿਕ ਮਨੀ ਔਜਲਾ ਅਤੇ ਇਸ ਦੇ ਲੇਖਕ ਨੇ ਰਾਜੂ ਹਰੀਪੁਰੀਆ। ਇਸ ਭੇਟ ਦਾ ਫਿਲਮਾਂਕਨ ਅਸ਼ਮਿਤ ਰਾਏ ਨੇ ਕੀਤਾ। ਇਸ ਮੌਕੇ ਤੇ ਪ੍ਰੋਡਿਊਸਰ ਸ਼੍ਰੀ ਅਸ਼ੋਕ ਸ਼ਰਮਾ ਜੀ ਨੇ ਆਪਣੇ ਕਰ ਕਮਲਾਂ ਨਾਲ ਪੋਸਟਰ ਰਿਲੀਜ਼ ਕੀਤਾ। ਤੇ ਹੁਣ ਜਾਂਦੇ ਇੱਕ ਨਜ਼ਰ ਹੈਡਲਾਈਨਸ।
नीलांबरी विजय जगदले ने संभालिया चंडीगढ़ की एसएसपी का अहुदा, कहा पुलिस में भ्रष्टाचार नहीं किया जाएगा बर्दाश्त। शिवजी महाराज की मूर्ति की की गई भनतोड़, कुछ शरारती अंसर ने दिता इस घटना को अंजाम। डेढ़ लाख तो वध डेरा प्रेमी पहुंचे पंचकूला, 25 अगस्त को होगी मामले की सुनवाई। इस बुलेटिन फिलहाल इन्ना ही, नवी खबरों के फिर हाजिर होवेंगे, तद तक लिए बने रहे बन पंजाबी के नाल, धन्यवाद।